ਸਤਿ ਸ਼੍ਰੀ ਅਕਾਲ ਜੀ, ਅੱਜ ਤੁਹਾਨੂੰ ਇੱਕ ਬੰਦਾ ਮਿਲਾਉਣਾ ਸੀ ਸਾਰਿਆਂ ਨੇ। ਕਿੱਦਾਂ ਬੱਪੂ, ਕੀ ਹਾਲ ਆ ਤੇਰਾ? ਬੱਪੂ ਲਾਈ ਮਾ, ਤੂੰ ਹੁਣੇ 1.5 ਮਿਲੀਅਨ ਬੰਦਾ ਦੇ ਰਿਹਾ ਤੈਨੂੰ, ਕੀ ਹਾਲ ਆ? ਵਧੀਆ। ਅੱਜ ਸਾਡਾ ਪੁਰਾਣਾ ਯਾਰ ਸਾਡਾ, ਮੈਂ ਕਿਤੇ ਧੰਨ ਕੀਤਾ, ਧੰਨ ਤੇ ਕੁਲਚੇ ਕਰਾਉਣਗੇ ਬਣਾ ਫਿਰ ਘੈਂਟ ਘੈਂਟ। ਅੱਜ ਜੱਫੀ ਦਵਾ ਕੇ ਮਿਲਣਾ ਤੈਨੂੰ ਚੰਗੀ ਤਰ੍ਹਾਂ। ਚੱਲ ਬੱਪੂ ਬਣਾ ਦੇ ਘੈਂਟ ਘੈਂਟ ਦੇ ਕੁਲਚੇ ਮੇਰਾ ਵੀਰਾ। ਕਿੰਨੇ ਜਾਣੇ ਅਸੀਂ? 1, 2, 3, 4, 5, 10 ਕੁਲਚੇ ਬਣਾ ਦੇ ਮੱਖਣ ਦੇ, ਵਧੀਆ ਪਨੀਰ ਵਾਲੇ। ਸਤਿ ਸ਼੍ਰੀ ਅਕਾਲ ਜੀ, ਮੈਂ ਆਇਆ ਜੀ ਆਪਣੇ ਪੁਰਾਣੇ ਯਾਰ ਕੋਲੇ, ਇੱਥੇ ਪੱਪੂ ਕੋਲੇ। ਅਸੀਂ ਜਦੋਂ ਹੁੰਦੇ ਸੀ ਆਪਣਾ ਹੀ ਕਹਿੰਦੇ ਨੇ ਸਕੂਲ ਵੇਲੇ, ਤੇ ਮੈਂ ਤੇ ਆਸ਼ੂ, ਅਸੀਂ ਦੋਨਾਂ ਨੇ ਵੈਸਪੇ ਚ ਪਵਾਉਣਾ ਬੀਆਂ ਦਾ ਤੇਲ, ਤੇ ਬਾਕੀ ਬੀਆਂ ਦੇ ਖਾਣੇ ਕੁਲਚੇ, ਹਨਾ। ਫਿਰ ਪੱਪੂ ਨੂੰ ਮੈਂ ਜਦੋਂ ਆਸਟ੍ਰੇਲੀਆ ਤੋਂ ਆਉਂਦਾ ਹੁੰਦਾ ਜੀ, ਤੇ ਆ ਕੇ ਫਿਰ ਮਿਲਣਾ। ਇਹ ਹੀ ਸਾਡੇ ਪੱਪੂ ਦੀ ਕੀ ਕਹਿੰਦੇ ਨੇ ਰੇਹੜੀ ਤੇ ਨੇ ਬੜਾ ਘੈਂਟ ਕੰਮ ਕੀਤਾ। ਦੇਖੋ ਇਹਦੀ ਪਹਿਲਾਂ ਪੱਪੂ ਦੇ ਲਈ ਕਰੀਏ ਪ੍ਰਮੋਸ਼ਨ। ਪੱਪੂ ਦੇ ਮਸ਼ਹੂਰ ਕੁਲਚੇ ਅਰਬਨ ਸਟੇਟ ਫੇਜ਼ 2 ਸਪੈਸ਼ਲ ਡਿਮਾਂਡ ਤੇ। ਤੇ ਓਏ ਉਹ ਕਿੱਥੇ ਡਸਟਬਿਨ ਕਿੱਥੇ ਤੇਰਾ? ਆਹ ਦੇਖੋ ਗਾਰਬੇਜ ਬਿਨ, ਆਹ ਦੇਖੋ ਗਾਰਬੇਜ ਬਿਨ, ਸਾਫ ਦਿਲ ਗਾਰਬਿਨ ਆ ਜਿਹਾ ਨੀ। ਆਹ ਸਾਡਾ ਪੱਪੂ ਦੇ ਗਾਰਬੇਜ ਬਿਨ ਨੇ ਲਾਇਆ ਹੋਇਆ, ਵਾਟਰ ਬੂਟਰ ਐਵਰੀਥਿੰਗ। ਇਹ ਬੜਾ ਘੈਂਟ ਬੰਦਾ ਸਾਡਾ। ਪੁਰਾਣੇ ਜਿਹੜੇ ਟਾਈਮ ਸੀ ਸਾਡੇ, ਉੱਥੇ ਅਸੀਂ ਬੜੇ ਕੁਲਚੇ ਖਾਧੇ ਨੇ ਪੱਪੂ ਦੇ। ਪੱਪੂ ਤੂੰ ਗੱਲਬਾਤ ਸੁਣਾ ਯਾਰ ਫਿਰ। ਮੈਂ ਆਉਂਦਾ ਰਹਿਣਾ ਪਰ ਹੁਣ ਕੁਲਚੇ ਖਾਣੇ ਬੰਦ ਕੀਤੇ ਹੋਏ ਨੇ ਮੈਂ ਅੱਜ ਕੱਲ੍ਹ। ਨਾ ਲੈ ਹੋ ਗਏ ਦਰਸ਼ਨ, ਮਾਵੀ ਨੂੰ ਹੋਆ ਹੁਣ ਸਪੈਸ਼ਲ ਅੰਮ੍ਰਿਤਸਰੀ ਮਸਾਲੇ ਪਾ ਕੇ। ਆਹ ਦੇਖੋ ਯਾਰ ਅਗਲੇ ਨੇ ਕਿੱਡੀ ਸੋਚੀ ਲਈ, ਕਹਿੰਦਾ ਪਾਣੀ ਦੀ ਵਰਤੋਂ ਸੰਕੋਚ ਨਾਲ ਕਰੋ, ਸਾਡੇ ਦੇਸ਼ ਦਾ ਬਹੁਤਾ ਹਿੱਸਾ ਸੋਕੇ ਦੀ ਮਾਰ ਹੇਠ ਹੈ, ਪਸ਼ੂ ਪੰਛੀ ਫਸਲ ਪਾਣੀ ਨੂੰ ਤਰਸ ਰਹੇ ਹਾਂ। ਕਿਆ ਬਾਤ ਹੈ ਯਾਰ, ਇਹ ਸੂਝਵਾਨ ਬੰਦਾ ਸਾਡਾ ਇੰਨਾ ਹੀ ਬੜੇ। ਕੀ ਹਾਲ ਹੈ ਵੀਰੇ, ਕਰਾਉਣੇ ਆ ਫੋਟੋ, 5 ਮਿੰਟ ਦੋ ਮੈਨੂੰ, ਆ ਜਾ ਫੋਟੋ ਲਾਈਵ ਆ ਜਾ ਸਾਰੇ। ਹੈਲੋ ਕਹਿੰਦੇ ਨਾਲ ਦਿਆਂ ਨੂੰ। ਵਧੀਆ, ਕੀ ਨਾਂ ਕੀ ਤੁਹਾਡਾ? ਰਾਜਦੀਪ ਸਿੰਘ। ਰਾਜਦੀਪ ਸਿੰਘ ਧਾਲੀਵਾਲ, ਸੁਣਿਆ ਸਾਡੇ ਧੜੇ ਦਾ, ਹੁਣ ਤੂੰ ਮੋਰੀ ਬਣ ਗਿਆ। ਗਾ ਲੈਂਦਾ ਰਾਜਦੀਪ, ਸੁਣਾ ਦੇ ਫਿਰ ਗਾਣਾ ਹੁਣ ਤਾਂ ਤੇਰੇ ਨਾਲ ਦੇ ਨੇ ਲਾਈਵ ਤੇ ਕਹਿ ਹੀ ਦਿੱਤਾ, ਹਲਕੇ ਜੇ ਤੇ ਗਾਏਗਾ, ਸੁਣਾ ਦੇ ਫਿਰ ਗਾਣਾ। ਆ ਜਾ। ਹੋ ਜਿਹੜੀਆਂ ਸੂਰਤਾਂ ਚੜਨ ਚ ਬਾਰਿਆਂ ਤੇ, ਇੱਕ ਦਿਨ ਚ ਖਾਤੇ ਚੜਦੀਆਂ ਵੇਖੀਆਂ ਮੈਂ। ਹੋ ਜਿਹੜੀਆਂ ਜੁਲਫਾਂ ਨੂੰ ਅਤਰਿਫ ਲੈ ਲੱਗੇ ਤੇ ਵਾਂਗ ਕਾਸ ਦੇ ਸੜਦੀਆਂ ਵੇਖੀਆਂ ਮੈਂ। ਸੱਜੂ ਰਾਮਾ ਸੂਰਤਾਂ ਲੱਖ ਜਹਾਨ ਗਈਆਂ ਤੇ ਵਾਪਸੀ ਕਰਨਾ ਮੁੜਦੀ ਰਾਜਦੀਪ ਦਾ 2 ਮਹੀਨੇ ਦੇ ਵਿੱਚ ਵਿੱਚ ਆਡੀਓ ਮੇਰੇ ਯੂਟਿਊਬ ਚੈਨਲ ਤੇ ਸੁਣੋਗੇ, ਠੀਕ ਆ? ਨਾ 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 ਪੁੱਤਰੀ, ਨੰਬਰ ਦੇ ਦੇ, ਮਾਵੀ ਨੂੰ ਨੰਬਰ ਦੇ ਦੇ ਆਪਦਾ। ਇਹਦਾ ਹੁਣ ਏਡਾ ਟੈਲੈਂਟ ਤਾਂ ਨਹੀਂ ਜਾਣ ਦਿੰਦੇ। ਮੈਂ ਇਹਦਾ ਕਰਕੇ ਆਡੀਓ ਹੁਣ ਤੁਹਾਡੇ ਸਾਰਿਆਂ ਤੱਕ ਸ਼ੇਅਰ ਕਰਾਂਗੇ। ਬਾਅਦ ਤੁਸੀਂ ਕੀ ਕਹਿੰਦੇ ਨੇ ਦੱਸਿਓ ਕਮੈਂਟ ਕਰ ਕਿਵੇਂ ਲੱਗਿਆ, ਪਰ ਹੁਣ ਮੈਂ ਕਹਿਤਾ ਤੇ ਗਾਣਾ ਤੱਕ ਕਰਾਂਗੇ। ਆਪਣਾ ਜਿੰਨੇ ਵੀ ਸੱਜਣ ਮਿੱਤਰ ਨਾਲ ਕੀ ਕਹਿੰਦੇ ਨੇ ਲਾਈਵ ਦੇ ਜੁੜੇ ਹੋਏ ਨੇ, ਸਾਰਿਆਂ ਨੂੰ ਦੱਸਦਾ ਜੀ ਕੱਲ੍ਹ ਨੂੰ ਗਾਣਾ ਆ ਰਿਹਾ ਜੀ ਕੱਚੇ ਪੱਕੇ ਯਾਰ, ਸਵੇਰੇ 10 ਵਜੇ। ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਜੀ। ਤੇ ਮੈਂ ਇੱਥੇ ਅੱਜ ਘਰੇ ਆਇਆ ਹੋਇਆ ਸੀਗਾ ਤੇ ਪੱਪੂ ਦੇ ਕੁਲਚੇ ਖਾਣ ਲਈ ਅਸੀਂ ਰੋਕ ਗਏ, ਕਿਉਂਕਿ ਜਦੋਂ ਆਸਟ੍ਰੇਲੀਆ ਤੋਂ ਆਉਣਾ 4 ਪੈਸੇ ਹੋਣੇ ਜੇਬ 'ਚ, ਫਿਰ ਅਸੀਂ ਪੱਪੂ ਨੂੰ ਫੋਨ ਕਰਨਾ। ਪੱਪੂ ਦੇ 1 ਵਾਰੀ 50 ਰੁਪਏ ਦੇਣੇ ਸੀ ਮੈਂ, ਤੇ ਮੈਂ ਆਸਟ੍ਰੇਲੀਆ ਚਲਾ ਗਿਆ। ਪੱਪੂ ਨੇ ਪਿੱਛੋਂ ਬੜੇ ਫੋਨ ਕੀਤੇ ਮੇਰੇ ਦੋਸਤਾਂ ਨੂੰ, ਬਰਾੜ ਹੋਰਾਂ ਨੂੰ, ਕਨੇਡਾ ਵਾਲਿਆਂ ਨੂੰ, ਕਿ ਯਾਰ ਪਰਮੀਸ਼ ਕੇ 50 ਰੁਪਏ ਰਹਿਤੇ ਹੈ। ਕਹਿੰਦੇ ਯਾਰ ਉਹਦਾ ਚਲ ਗਿਆ। ਫਿਰ ਬਰਾੜ ਨੇ ਦਿੱਤੇ 50 ਰੁਪਏ। ਫਿਰ ਮੈਂ ਵਾਪਸ ਆਇਆ ਜਦੋਂ ਆਸਟ੍ਰੇਲੀਆ ਤੋਂ, ਫਿਰ ਮੈਂ ਪੱਪੂ ਨੂੰ ਆਰਾਮ ਨਾਲ ਵਧੀਆ ਬਿਠਾ ਕੇ ਨਾਲੇ 2 ਪੈਗ ਲਵਾਏ ਤੇ ਨਾਲੇ ਆ ਪੱਪੂ ਨੂੰ 500 ਰੁਪਈਆ ਦਿੱਤਾ। ਸੋ ਉਮੀਦ ਕਰਦਾ ਜੀ ਤੁਸੀਂ ਸਾਰਿਆਂ ਨੇ ਕੱਲ੍ਹ ਨੂੰ ਕੱਚੇ ਵੀਰੇ 15 ਮਿੰਟ ਦੇ ਦਿਓ, ਹਨਾ, ਫਿਰ ਆਪਾਂ ਮਿਲਦੇ ਹਾਂ, ਹਨਾ ਜੀ। ਅਤੇ ਅੱਛਾ, ਮਾਵੀ ਨਾਲ ਪੂਰੀ ਇਨਫੋਰਮੇਸ਼ਨ ਇੱਥੇ ਹੋ ਰਹੀ ਹੈ ਐਕਸਚੇਂਜ ਰਾਜਦੀਪ ਸਿੰਘ ਦੀ। ਰਾਜਦੀਪ ਸਿੰਘ ਦਾ ਆਡੀਓ ਆ ਰਿਹਾ। ਹਾਂਜੀ ਬਾਈ ਜੀ, ਹਾਂਜੀ, ਕੀ ਹਾਲ ਹੈ? ਵਧੀਆ ਜੀ।
ਆ ਜਾਓ ਤੁਸੀਂ ਵੀ, ਫਤਿਹ ਬੁਲਾਓ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ। ਕੀ ਬਾਤ ਹੈ, ਹੋਰ ਵੀਰੇ ਵਧੀਆ? ਕੀ ਬਾਤ ਹੈ, ਕੀ ਬਾਤ ਹੈ। ਤੇ ਕੱਲ ਨੂੰ ਜੀ ਗਾਣਾ ਆ ਰਿਹਾ ਕੱਚੇ ਪੱਕੇ ਯਾਰ, ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੂਗਾ ਜੀ। ਤੇ ਅੱਜ ਤਾਂ ਨਹਾਤੇ ਵੀ ਨਹੀਂ ਸਵੇਰ ਦੇ, ਤੇ ਅੱਜ ਗਾਣਾ ਹੈ ਜੀ ਭਾਗਾਂ ਵਾਲੀ, ਆਪਣੇ ਭਾਗਾਂ ਵਾਲੀ ਗਾਣਾ ਹੈ ਜੀ ਵਿਰਾਜ ਦਾ, ਹੁਣੇ ਰਿਲੀਜ਼ ਹੋਇਆ, ਮੈਂ ਪੇਜ ਤੇ ਵੀ ਸ਼ੇਅਰ ਕੀਤਾ, ਇੰਸਟਾਗ੍ਰਾਮ ਫੇਸਬੁੱਕ ਦੇ ਉੱਤੇ ਵੀ ਸ਼ੇਅਰ ਕੀਤਾ ਸੀ। ਪਲੀਜ਼ ਟੀ ਸੀਰੀਜ਼ ਚੈਨਲ ਤੋਂ ਭਾਗਾਂ ਵਾਲੀ ਨੂੰ ਜ਼ਰੂਰ ਵੇਖਿਓ। ਅੱਗੇ ਗੱਡੀ ਅੱਗੇ ਕਰਦੇ ਭੁੱਲਰ, ਉਹਨਾਂ ਨੂੰ ਇਸ਼ਾਰਾ ਕਰਦੇ ਮੁੰਡਿਆਂ ਨੂੰ। ਤੇ ਪਲੀਜ਼ ਜੀ ਗਾਣੇ ਨੂੰ ਸ਼ੇਅਰ ਕਰਿਓ ਭਾਗਾਂ ਵਾਲੀ ਨੂੰ। ਟੀ ਸੀਰੀਜ਼ ਤੋਂ ਆਇਆ ਜੀ, ਸਾਲ ਪਹਿਲਾਂ ਸ਼ੂਟ ਹੋਇਆ ਸੀ ਵੀਡੀਓ, ਤੇ ਸਾਲ ਬਾਅਦ ਬੰਦਾ ਰਿਲੀਜ਼ ਕਰਾਉਣ ਆਇਆ। ਸੋ ਬੈਸਟ ਵਿਸ਼ਸ। ਰਾਜਦੀਪ ਕਿੱਥੇ ਚੱਲਿਆ ਪੁੱਤਰੀ? ਚੱਲ ਚੰਗਾ ਰਾਜਦੀਪ, ਕਿਹੜੀ ਕਲਾਸ ਕਿਹੜੀ ਜਾਂ ਤੂੰ? 9th ਕਿਹੜੇ ਸਕੂਲ 'ਚ ਪੜ੍ਹਦਾ? ਪੰਜਾਬੀ ਯੂਨੀਵਰਸਿਟੀ ਮੋਡਲ। ਅੱਛਾ ਅੱਛਾ, ਆਇਆ ਪਹਿਲਾਂ ਉੱਥੇ ਕਰਾ ਲਾ ਫੋਟੋ, ਵੀਰੇ ਨੂੰ ਦੇ ਦਾ ਨੰਬਰ। ਬਸ ਹੁਣ ਤੁਸੀਂ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਗਾਣਾ, ਤੇ ਰਾਜਦੀਪ ਦਾ ਹੁਣ ਗਾਣਾ ਤੇ ਆਊਗਾ। ਠੀਕ ਹੈ, ਆ ਜਾਓ ਆ ਜਾਓ, ਕੋਈ ਨਾ ਕੋਈ ਨਾ, ਚੱਲ ਕਰਾ ਲਓ ਕਰਾ ਲਓ ਕਰਾ ਲਓ। ਠੀਕ ਹੈ ਜੀ, ਬਾਕੀ ਜਿਹੜਾ ਵੇਟ ਕਰ ਸਕਦਾ ਕਹਿੰਦੇ ਵੇਟ ਕਰਦੇ। ਚੰਗਾ ਵੀਰੇ, ਤੇਰੀ ਰਹਿ ਗਈ ਫੋਟੋ, ਆ ਜਾ ਤੇਰੇ ਯਾਰ ਦਾ ਗਾਣਾ ਕਰਾਤਾ ਹੀ, ਹੁਣ ਫੋਟੋ ਤਾਂ ਬਣਦੀ ਏ। ਆ ਜਾ ਉਹ ਯਾਰ ਹੋਈ ਹੁੰਦੇ ਨੇ ਦੂਜੇ ਦੀ ਬਾਂਹ ਫੜ ਕੇ ਅੱਗੇ ਅੱਗੇ ਚੱਲ ਓਏ। ਕੀ ਹਾਲ ਆ ਵੀਰੇ, 5 ਮਿੰਟ ਦਿਓ, ਮੈਂ ਲਾਈਵ ਆ ਹਨਾ, 5 ਮਿੰਟ ਤੱਕ ਮਿਲਦੇ ਹਾਂ ਜੀ। ਤੇ ਰਾਜਦੀਪ ਆਪਣਾ, ਅੱਛਾ ਸਗਾ ਭਰਾ ਹੈ, ਕਿਆ ਬਾਤ ਹੈ, ਉਦੋਂ ਵਧੀਆ ਗੱਲ ਹੈ, ਯਾਰਾਂ ਵਰਗਾ ਭਰਾ। ਰਾਜਦੀਪ ਹੋਰ ਗੱਲਬਾਤ ਕਹਿਣੀ ਹੈ ਕੋਈ, ਕਿਸੇ ਨੂੰ ਕੁਛ ਕਹਿਣਾ ਚਾਹੁੰਦਾ ਹੈ? ਕੋਈ ਹੋਰ ਗਾਣਾ ਹੋਰ ਸੁਣਾ ਦੇ ਇੱਕ। ਹਾਂ ਉਹ ਕੁੜੀ ਹੀ ਲੱਗਦੀ ਏ ਚੰਗੇ ਪਰਿਵਾਰ ਦੀ, ਤਾਂਹੀਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ। ਕੁੜੀ ਲੱਗਦੀ ਏ ਚੰਗੇ ਪਰਿਵਾਰ ਦੀ, ਤਾਂਹੀਓ ਕਦਰ ਕਰਾਂ ਮੈਂ ਉਹਦੇ ਪਿਆਰ ਦੀ। ਦੁੱਖ ਮਾਪਿਆਂ ਨੂੰ ਦੇਣਾ ਡਰਦੀ, ਨਾਲੇ ਮੈਨੂੰ ਵੀ ਰਵਾ ਨਹੀਂ ਸਕਦੀ। ਕਹਿੰਦੀ ਗੁਰੂ ਕਰੇ ਲਾਵਾਂ ਲੈਣੀਆਂ, ਕੋਰਟ ਮੈਰਿਜ ਕਰਾ ਨਹੀਂ ਸਕਦੀ। ਕਹਿੰਦੀ ਗੁਰੂ ਕਰੇ ਲਾਵਾਂ ਰਾਜਦੀਪ, ਤੇਰਾ ਪੱਕਾ ਗਾਣਾ ਕਰਾਂਗੇ। ਠੀਕ ਹੈ, ਟੇਕ ਕੇਅਰ ਮੇਰਾ ਭਰਾ, ਮੈਂ ਵੀ ਲੈ ਲਿਆ ਨੰਬਰ। ਵੀਰੇ 15 ਮਿੰਟ ਦਿਓ ਮੈਨੂੰ, ਮੈਂ ਹਨਾ ਥੋੜੀ ਦੇਰ ਤੱਕ ਮਿਲਦਾ ਹਨਾ। ਥੈਂਕ ਯੂ ਜੀ, ਥੈਂਕ ਯੂ ਵੀਰੇ। ਤੇ ਪਿੰਦਾ ਵੀ ਸਾਡੇ ਵਾਲਾ ਦੇਖ ਰਿਹਾ, ਕਿਵੇਂ ਆ ਪਿੰਦਿਆ? ਆ ਜਾ ਪਿੰਦੇ, ਤੈਨੂੰ ਕੁਲਚੇ ਖਵਾਈਏ। ਪੱਪੂ ਬਣਾ ਰਿਹਾ ਇੱਥੇ ਕੁਲਚੇ ਵੱਡੇ ਪੱਧਰ ਤੇ। ਪੱਪੂ ਗੱਲ ਬਾਤ ਸੁਣਾਉਣੀ ਚਾਹਣਾ ਤੂੰ? ਪੂਰੀ ਫੋਟੋ ਹਮਾਰੇ ਆਪ ਕੇ ਨਾਮ ਇਸ ਨੰਬਰ ਪਰ ਭੇਜਨਾ ਹੈ। ਅੱਛਾ, ਆ ਤੂੰ ਫੋਟੋ ਤਾਂ ਕਰਾਉਣੇ ਆ, ਤੂੰ ਲਾਈਵ ਆ ਗਿਆ ਸਾਰਿਆਂ ਮੂਹਰੇ, ਇੱਥੇ ਸਾਰਿਆਂ ਨੂੰ ਦੱਸ ਦੇ ਤੂੰ ਅਰਪਨ ਸਟੇਟ ਫੇਜ਼ 2 ਪਟਿਆਲੇ ਆਪਣੇ ਪੱਪੂ ਦਾ ਨੰਬਰ। ਅੱਛਾ ਨੰਬਰ ਪਰ ਭੇਜ ਦੋ ਆਪਣੇ ਆਪ ਕੀ ਮੇਰੇ ਦੋਨੋਂ ਪੂਰੀ ਫੋਟੋ ਨਾ ਚਾਹੀਏ। ਅੱਛਾ ਠੀਕ ਹੈ, ਓਏ ਆ ਨੰਬਰ ਸੇਵ ਕਰ, ਮੇਰੀ ਤੇ ਪੱਪੂ ਦੀ ਫੋਟੋ ਖਿੱਚ ਕੇ ਭੇਜੀ ਇਹਨੂੰ। ਓਏ ਇੱਥੇ ਨਹੀਂ ਲਾਉਣੀ, ਰੱਬ ਵਾਲਪੇਪਰ ਲਾ ਲਈ ਬਸ, ਇੱਥੇ ਆਹੀ ਚੀਜ਼ਾਂ ਘੈਂਟ ਲੱਗਣਗੀਆਂ ਤੇਰੀਆਂ। ਤੇ ਆਪਣੇ ਇਹ ਸਾਡਾ ਹੀ ਪੱਕਾ ਤੁਸੀਂ ਕੈਨੇਡਾ ਤੋਂ ਆਏ ਹੋ ਕੁਲਚੇ ਖਾਣ, ਮੈਂ ਆਸਟ੍ਰੇਲੀਆ ਤੋਂ ਆਇਆ ਕੁਲਚੇ ਖਾਣ। ਪੱਪੂ ਵਰਲਡ ਵਾਈਡ ਫੇਮਸ ਕੁਲਚੇ ਪੱਪੂ ਦੇ। ਥੈਂਕ ਯੂ ਭਾਈ, ਥੈਂਕ ਯੂ ਵੈਰੀ ਮਚ, ਥੈਂਕ ਯੂ। ਓਕੇ ਜੀ, ਹੋਰ ਸੁਣਾ ਪੱਪੂ ਗੱਲਬਾਤ ਯਾਰ ਕੋਈ? ਇੱਕ ਵਾਰੀ ਮੈਂ ਪੱਪੂ ਦੇ, ਮੈਂ ਉਹਨੇ ਦੱਸ ਕੇ ਟਿਆ ਸਰ ਨੂੰ, ਮੈਂ 50 ਰੁਪਏ ਦੇਣੇ ਸੀਗੇ ਪੱਪੂ ਨੂੰ, ਵਿਚਾਰੇ ਨੂੰ ਟੈਨਸ਼ਨ ਕਿ ਮੇਰੇ 50 ਰੁਪਏ ਦਾ ਡੁੱਬ ਗਏ, ਮੇਰੇ 50 ਰੁਪਏ ਡੁੱਬ ਗਏ। ਓ ਬੜੇ ਅਸੀਂ ਰਾਤ ਨੂੰ ਕੁਲਚੇ ਖਾਧੇ ਨੇ ਪੱਪੂ ਕੋਲੇ, ਦੇਖ ਲਾ ਆਸ਼ੂ DSP ਬਣ ਗਿਆ ਜਿਹੜਾ ਮੇਰੇ ਨਾਲ ਆਉਂਦਾ ਸੀਗਾ। ਤੇ ਬਰਾੜ ਦੇ ਆਪਣੇ ਤੂੰ ਕੀ ਕਹਿੰਦੇ ਨੇ, ਬਰਾੜ ਤੋਂ ਮਿਲਕ ਗਿਆ ਹੋਊ ਤੈਨੂੰ? ਬਰਾੜ ਤਾਂ ਹਲੇ ਵੀ ਕੁਲਚੇ ਹੀ ਖਾਂਦਾ ਇੱਥੇ ਆ ਕੇ, ਬਰਾੜ ਤਾਂ ਨਹੀਂ ਬਦਲਿਆ। ਤੇ ਜਿੰਨੇ ਵੀ ਯਾਰ ਫੈਨਸ ਨੇ ਸਾਰੇ ਜਣਿਆਂ ਨੂੰ ਬਹੁਤ ਸਾਰਾ ਪਿਆਰ, ਇੱਕ ਬੇਨਤੀ ਹੈ ਜੀ, ਕੱਲ ਨੂੰ 10 ਵਜੇ ਜ਼ਰੂਰ ਕੱਚੇ ਪੱਕੇ ਯਾਰ ਵੇਖਿਓ, ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਗਾਣਾ ਕਿਵੇਂ ਲੱਗਿਆ, ਸ਼ੇਅਰ ਜ਼ਰੂਰ ਕਰਿਓ, ਇਹ ਲਾਈਵ ਵੀ ਪਲੀਜ਼ ਸ਼ੇਅਰ ਕਰ ਦਿਓ ਤਾਂ ਕਿ ਤੁਹਾਡੇ ਦੋਸਤਾਂ ਨੂੰ ਪਤਾ ਲੱਗ ਜਾਏ ਕੱਲ ਨੂੰ ਸਵੇਰੇ 10 ਵਜੇ ਗਾਣਾ ਆ ਰਿਹਾ ਜਿਨ੍ਹਾਂ ਨੂੰ ਨਹੀਂ ਪਤਾ। ਤੇ ਗਾਣਾ ਲਿਖਿਆ ਸਾਡੇ ਬਿਹਤਰੀਨ ਮਾਵੀ ਜੀ ਨੇ ਗਾਣਾ ਲਿਖਿਆ, ਤੇ ਉਹ ਸਾਡਾ ਭਰਾ MV ਲੁਕਿਆ ਜਾ ਖੜਾ ਪਿੱਛੇ, ਸਾਡਾ ਵੀਰ MV ਬੜਾ ਕਮਾਲ ਦਾ ਮਿਊਜ਼ਿਕ ਡਾਇਰੈਕਟਰ ਹੈ। MV ਮਿਊਜ਼ਿਕ ਡਾਇਰੈਕਟਰ ਨਹੀਂ ਹੈਗਾ, ਡਾਇਰੈਕਟਰ ਹੈ ਭਰਾ ਦਾ, ਤੇ ਵੈਰੀ ਟੈਲੈਂਟਡ ਮੈਨ, ਇਹਦਾ ਵੀ ਗਾਣਾ ਰਿਹਾ ਜੀ ਬਹੁਤ ਛੇਤੀ। ਤੇ ਉਹ ਯਾਰ ਉਹ ਬਾਈ ਖੜੇ ਵੇਟ ਕਰ ਰਹੇ ਨੇ, ਵੀਰ ਇੱਕ ਵਾਰੀ ਹੈਲੋ ਕਰ ਦਿਓ ਯਾਰ ਲਾਈਵ ਵਾਲਿਆਂ ਨੂੰ। ਹਾਂਜੀ ਹਾਂਜੀ ਹਾਂਜੀ,
ਮਾਵੀ ਕੁਲਚੇ ਨਿਰੀਖਣ ਕਰ ਲਾ ਤੂੰ ਕਿਦਾਂ ਸਹੀ ਨੇ ਬੱਪੂ ਦੇ ਕੁਲਚੇ ਮਿਸ ਨੀ ਹੋ ਸਕਦੇ ਕੀ ਹਾਲ ਹੈ ਜੀ ਭਾਜੀ ਇੱਕ ਮਿੰਟ ਦਿਓ ਕੱਲ ਨੂੰ ਜੀ ਸਾਰੇ ਜਾਣੂ ਇੱਕ ਵਾਰੀ ਫਿਰ ਤੋਂ ਬੇਨਤੀ ਕਰਦਾ ਜੀ ਕੱਚੇ ਪੱਕੇ ਯਾਰ ਆ ਰਿਹਾ ਇੱਕ ਬੇਨਤੀ ਇਹ ਵੀ ਕਰਨੀ ਹੈ ਫੇਸ ਟੂ ਜਦੋਂ ਵੀ ਆਊ ਪੱਪੂ ਦੇ ਕੁਲਚੇ ਜ਼ਰੂਰ ਖਾ ਕੇ ਜਾਇਓ ਪੱਪੂ ਨੂੰ ਘੱਟੋ ਘੱਟ 10-15 ਸਾਲ ਤਾਂ ਹੋ ਗਏ ਪੱਪੂ ਤੈਨੂੰ 10 ਸਾਲ ਤਾਂ ਹੋ ਗਏ ਹੋਣਗੇ ਨਾ 15 ਸਾਲ 25 ਸਾਲ ਹੋਏ ਜੀ 25 ਸਾਲ ਪੱਪੂ ਨੂੰ ਇਸ ਤਰ੍ਹਾਂ ਦੇ ਪੂਰੀ ਡੋਮੀਨੇਸ਼ਨ ਚੱਲਦੀ ਹੈ ਪੱਪੂ ਦੀ ਮਿਹਨਤੀ ਬਣਾ ਸਾਡਾ ਭਰਾ ਘਿਓ ਬਹੁਤ ਲਾਤਾ ਤਾ ਮੱਖਣ ਬਹੁਤ ਪਾਤਾ ਯਾਰ ਬਾਈ ਰਾਮ ਦੇ ਦੋ ਬਾਕੀ ਪਲੇਅਰ ਸਾਹਿਬ ਹੁਣ ਤਾਂ ਖਾਣਾ ਪੈਣਾ ਹੁਣ ਗਰਾਊਂਡ ਹਾਕੀ ਵਾਲੇ ਵੀ ਖਾਣਗੇ ਅੱਜ ਕੁਲਚੇ ਹਾਂ ਗਰਾਊਂਡ ਚ ਦੋ ਗੇੜੇ ਹੁਣ ਵੱਧ ਲਾ ਲਿਓ ਭਾਜੀ ਭੱਜਣ ਵਾਲੇ ਕੰਮ ਤੋਂ ਸੱਚੀ ਬਹੁਤ ਡਰ ਲੱਗਦਾ ਥੈਂਕ ਯੂ ਜੀ ਕਮੈਂਟ ਪੜ੍ਹ ਲੈਂਦੇ ਥੋੜ੍ਹੀ ਦੇਰ ਜਸਟੈਲ ਕੈਨੇਡੇ ਵਾਲਾ ਚਲੋ ਜੀ ਹੁਣ ਮੈਂ ਲੈਣਾ ਤੁਹਾਡੇ ਤੋਂ ਇਜਾਜ਼ਤ ਤੇ ਸਾਰਿਆਂ ਨੂੰ ਮੇਰੇ ਵੱਲੋਂ ਬੈਸਟ ਵਿਸ਼ੇਸ ਕੱਲ ਨੂੰ ਸਵੇਰੇ 10 ਵਜੇ ਕੱਚੇ ਪੱਕੇ ਯਾਰ ਜ਼ਰੂਰ ਵੇਖਿਓ ਜੀ ਅਤੇ ਲਾਈਵ ਜ਼ਰੂਰ ਸ਼ੇਅਰ ਕਰੋ ਤਾਂ ਕਿ ਤੁਹਾਡੇ ਦੋਸਤਾਂ ਤੱਕ ਪਹੁੰਚੇ ਕੱਲ੍ਹ ਸਵੇਰੇ 10 ਵਜੇ ਕੱਚੇ ਪੱਕੇ ਯਾਰ ਅਲਾਰਮ ਲਾ ਲਓ ਬਾਈ